ਮਾਮਾ ਆਇਆ ਮਹਿਮਾਨ ਆਇਆ ਬੀ ਐਸ ਪੀ ਦਾ, ਮੈਂ ਤੁਹਾਨੂੰ ਪੂਰੀ ਬਾਰੇ ਜਾਣਕਾਰੀ ਦਿੱਤੀ। ਸਾਡੇ ਕੋਲ ਕੋਈ 11:45 ਦੇ ਉੱਤੇ ਸਵੇਰੇ ਜੈਸ਼ ਠਾਕੁਰ ਸਨ ਆਫ ਪਵਨ ਕੁਮਾਰ, ਉਮਰ ਕਰੀਬ 16 ਸਾਲ, ਸਾਡੇ ਕੋਲ ਲੈ ਕੇ ਆਏ। ਅਲੈਜਿਟਲੀ ਡਰਾਊਨਿੰਗ ਦੇ ਨਾਲ ਉਹਦੇ ਉੱਤੇ ਉਹਦੀ ਕੰਪਲੀਕੇਸ਼ਨ ਸੀ, ਉਹਨੂੰ ਲੈ ਕੇ ਆਏ। ਜਦੋਂ ਉਹਦੇ ਲੈ ਕੇ ਆਏ ਤਾਂ ਉਹਦੇ 'ਚ ਜੀਵਨ ਦੀ ਕੋਈ ਸਾਈਨ ਨਹੀਂ ਸੀਗੇ। ਅਸੀਂ ਉਹਦੀ ਟ੍ਰੀਟਮੈਂਟ ਸਟਾਰਟ ਕੀਤੀ, CPR ਦਿੱਤਾ, ਉਹਨੇ ਕੋਸ਼ਿਸ਼ ਕੀਤੀ ਰਿਵਾਈਵ ਕਰਨ ਦੀ, ਪਰ ਉਹ ਰਿਵਾਈਵ ਨਹੀਂ ਹੋਇਆ ਔਰ ਉਹ ਪੇਸ਼ੈਂਟ ਬਰੋਡ ਡੈਡ ਜਿਹੜਾ ਹੈਗਾ ਡਿਕਲੇਅਰ ਕੀਤਾ। ਮੇਰਾ ਨਾਮ ਹੈ ਜੀ ਨਵੀ ਠਾਕੁਰ। ਹਾਂ, ਇੱਕ ਬੱਚਾ ਸਾਡੇ ਨਾ ਪਿੰਡ ਚੰਗੜਮਾ ਦੇ ਵਿੱਚ, ਕੰਢੀ ਨਹਿਰ ਜਿਹੜੀ ਹੈਗੀ ਪਿੰਡ ਚੰਗੜਮਾ ਦੀ, ਉਹਦੇ ਵਿੱਚ ਨਹਾਉਂਦੇ ਹੋਏ ਨਾ ਕਿਤੇ ਨਹਿਰ ਦੇ ਵਿੱਚ ਸਮਝ ਨਹੀਂ ਆਈ ਵੀ ਕੀ ਹੋਇਆ ਕਿ ਬੱਚਾ ਡੁੱਬ ਗਿਆ ਨਹਿਰ ਦੇ ਵਿੱਚ ਜੀ। ਹਾਦਸਾ ਮੌਕੇ ਦੇ ਮੁਤਾਬਕ ਇਹੀ ਪਤਾ ਲੱਗਾ ਕਿ ਵੀ ਨਾਲ ਦੇ ਮੁੰਡਿਆਂ ਨੂੰ ਕਹਿੰਦਾ ਕਿ ਵੀ ਮੈਂ ਨਹਿਰ ਦੇ ਵਿੱਚ ਨਹਾ ਕੇ ਆਇਆ ਅਤੇ ਤੁਸੀਂ ਮੇਰੀ ਦੁਕਾਨ ਦਾ ਖਿਆਲ ਰੱਖਿਓ। ਇਹਨੇ ਐਕਚੁਲੀ ਨਮਕ ਦੀ ਦੁਕਾਨ ਲਗਾਈ ਹੋਈ, ਨਮਕ ਝਾੜੂ ਮੇਲੇ ਲੱਗੇ ਹੋਏ 6 ਮਹੀਨੇ ਦੇ, ਅਤੇ ਉੱਥੇ ਨਮਕ ਦੀ ਦੁਕਾਨ ਲਗਾਈ ਹੋਈ ਨੇ, ਅਤੇ ਉੱਥੇ ਨਾਲ ਦੇ ਮੁੰਡਿਆਂ ਨੂੰ ਇਹ ਕਹਿ ਕੇ ਆਇਆ ਕਿ ਵੀ ਮੈਂ ਜਰਕ ਨਹਿਰ 'ਚ ਨਹਾ ਕੇ ਆਉਣਾ। ਹੋਰ ਇਹ ਨਹਿਰ 'ਚ ਆਇਆ, ਦੱਸਣ ਮੁਤਾਬਕ ਇਹ ਪਤਾ ਲੱਗਾ ਕਿ ਇਹਨੇ ਨਹਿਰ ਦੇ ਉੱਪਰੋਂ ਛਾਲ ਮਾਰੀ ਹੈ, ਉਸ ਤੋਂ ਬਾਅਦ ਪਤਾ ਨਹੀਂ ਲੱਗਾ। ਆਈ ਥਿੰਕ ਇਹਦੀ ਉਮਰ ਹੈਗੀ ਹੈ ਕੋਈ 16-17 ਸਾਲ ਦੇ ਵਿੱਚ, ਅਤੇ ਬੇਸਿਕਲੀ ਜਿਹੜੇ ਹੈਗੇ ਆ ਆਪਣੇ ਰਹਿਣ ਫਤਿਹਪੁਰ ਦੇ ਨਾ, ਇੱਥੇ ਆਪਣੇ ਮਾਸੀ ਦੇ ਘਰ ਰਹਿੰਦੇ ਪੂਰੀ ਫੈਮਿਲੀ, ਜਿਹੜੇ ਇਹਨਾਂ ਦੇ ਮਾਸੀ ਮਾਸਰ ਨੇ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ। ਹਾਂਜੀ, ਇਹ ਇਕੱਲਾ ਇਕੱਲਾ ਮੁੰਡਾ ਹੈ ਜੀ।